ਅੱਜ ਸਿਆਸਤ ਕਰਨ ਦਾ ਸਮਾਂ ਨਹੀਂ, ਅੱਜ ਤਾਂ ਲੋਕਾਂ ਦੀ ਸੇਵਾ ਕਰਨ ਦਾ ਸਮਾਂ। ਪੋਜ਼ਿਟਿਵ ਸੋਚ ਲੈ ਕੇ ਲੋਕਾਂ ਦੇ ਵਿੱਚ ਵਿਚਰੀਏ। ਸਿਆਸਤ ਵੱਖਰੀ ਚੀਜ਼ ਹੈ ਅਤੇ ਸੇਵਾ ਵੱਖਰੀ ਵੱਖਰੀ ਚੀਜ਼ ਹੈ। ਯਾਦ ਨੇ ਤਸਵੀਰਾਂ, ਬੀਤੇ ਦਿਨੀ ਰਾਸ਼ਨ ਦੀਆਂ ਥੈਲੀਆਂ ਅਤੇ ਸੈਨੇਟਾਈਜ਼ਰ ਦੀਆਂ ਬੋਤਲਾਂ 'ਤੇ ਲੱਗੀਆਂ ਮੁੱਖ ਮੰਤਰੀ ਕੈਪਟਨ ਸਿੰਘ ਦੀਆਂ ਇਹ ਫੋਟੋਆਂ। ਅਕਾਲੀ ਦਲ ਦੀਆਂ ਅੱਖਾਂ ਵਿੱਚ ਖਾਸੀਆਂ ਰੜਕੀਆਂ ਸੀ। ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਤਾਂ ਇਸ ਨੂੰ ਮੁਸੀਬਤ ਦੀ ਘੜੀ ਵਿੱਚ ਕਾਂਗਰਸ ਦੀ ਘਟੀਆ ਰਾਜਨੀਤੀ ਤੱਕ ਕਹਿ ਦਿੱਤਾ ਸੀ। ਪਰ ਹੁਣ ਅਕਾਲੀ ਦਲ ਕਰੀਬ ਇੱਕ ਦਿਨ ਬਾਅਦ ਆਪਣਾ ਹੀ ਬਿਆਨ ਭੁੱਲ ਗਿਆ ਲੱਗਦਾ ਹੈ। ਅਕਾਲੀ ਦਲ ਵੱਲੋਂ ਗਰੀਬਾਂ ਲਈ ਵੰਡੇ ਜਾ ਰਹੇ ਰਾਸ਼ਨ ਦੇ ਪੈਕਟਾਂ 'ਤੇ ਬੜੇ ਬੜੇ ਅੱਖਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਲੀਡਰਾਂ ਦੇ ਨਾਂ ਲਿਖੇ ਹੋਏ ਪੋਸਟਰ ਲਾਏ ਗਏ ਨੇ। ਹਾਲਾਂਕਿ ਇਸ ਦੌਰਾਨ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਸਿਆਸਤਦਾਨਾਂ ਨੂੰ ਅਜਿਹੇ ਮੌਕੇ ਸਿਆਸਤ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦੇ ਨਜ਼ਰ ਆਏ। ਪਰ ਨਾਲ ਹੀ ਉਹਨਾਂ ਇਹ ਵੀ ਕਹਿ ਦਿੱਤਾ ਕਿ ਜੇਕਰ ਅੱਜ ਪੰਜਾਬ ਵਿੱਚ ਕਾਂਗਰਸ ਦੀ ਥਾਂ 'ਤੇ ਅਕਾਲੀ ਦਲ ਦਾ ਰਾਜ ਹੁੰਦਾ ਤਾਂ ਉਹ ਲੋਕਾਂ ਲਈ ਖਜ਼ਾਨੇ ਦਾ ਮੂੰਹ ਪੂਰੀ ਤਰ੍ਹਾਂ ਖੋਲ੍ਹ ਦਿੰਦੇ। ਦੇਖੋ, ਇਸ ਮੌਕੇ ਮੈਂ ਸਮਝਦਾ ਜਿਹੜਾ ਅੱਜ ਸਿਆਸਤ ਕਰਦਾ, ਅੱਜ ਨੈਗੇਟਿਵ ਸੋਚਦਾ, ਤਾਂ ਉਹਨੂੰ ਤਾਂ ਕਦੇ ਵੋਟ ਹੀ ਨਹੀਂ ਪਾਉਣੀ ਚਾਹੀਦੀ। ਅੱਜ ਸਿਆਸਤ ਕਰਨ ਦਾ ਸਮਾਂ ਨਹੀਂ, ਅੱਜ ਤਾਂ ਲੋਕਾਂ ਦੀ ਸੇਵਾ ਕਰਨ ਦਾ ਸਮਾਂ। ਪੋਜ਼ਿਟਿਵ ਸੋਚ ਲੈ ਕੇ ਲੋਕਾਂ ਦੇ ਵਿੱਚ ਵਿਚਰੀਏ। ਸਿਆਸਤ ਵੱਖਰੀ ਚੀਜ਼ ਹੈ, ਇਹ ਸੇਵਾ ਵੱਖਰੀ ਵੱਖਰੀ ਚੀਜ਼ ਹੈ। ਅਤੇ ਮੈਂ ਸਮਝਦਾ, ਮੈਂ ਅੱਜ ਲੈ ਕੇ ਜਾ ਰਿਹਾ, ਮੈਂ ਇਹ ਚੈਨਲਾਂ 'ਚ ਬੋਲਣਾ ਵੀ ਨਹੀਂ ਸੀ ਚਾਹੁੰਦਾ। ਇਹ ਤਾਂ ਸਾਡੇ ਗੁਰੂਆਂ ਨੇ ਕਿਹਾ ਕਿ ਜੇ ਸੱਜੇ ਹੱਥ ਨਾਲ ਦਾਨ ਕਰ ਦਿਓ, ਖੱਬੇ ਹੱਥ ਨੂੰ ਵੀ ਨਾ ਪਤਾ ਹੋ। ਲੇਕਿਨ ਮੈਂ ਸਮਝਦਾ ਕੁਝ ਚੈਨਲਾਂ ਵਾਲਿਆਂ ਨੂੰ ਵੀ ਪਤਾ ਲੱਗਿਆ। ਮੇਰੇ ਭਰਾਵਾਂ ਨੇ ਵੀ ਕਿਹਾ ਕਿ ਜਿਹਨਾਂ ਤੁਸੀਂ ਯੋਗਦਾਨ ਪਾਇਆ ਜ਼ਰੂਰ ਹਾਈਲਾਈਟ ਹੋਣਾ ਚਾਹੀਦਾ। ਸੋ ਮੈਂ ਆਪਣੀ ਤੁਸ਼ ਜਿਹੀ ਜਿੰਨੀ ਕੁ ਸੇਵਾ ਲੈ ਕੇ ਜਾ ਰਿਹਾ, ਮੈਨੂੰ ਲੱਗਦਾ ਹਲਕੇ ਲੋਕ ਪ੍ਰਵਾਨ ਕਰਨਗੇ। ਢਿੱਲੋਂ ਸਾਹਿਬ, ਬਾਦਲ ਸਾਹਿਬ ਨੇ ਇੱਕ ਹਮੇਸ਼ਾ ਸਲੋਗਨ ਦਿੱਤਾ ਵਾ, ਰਾਜ ਨਹੀਂ ਸੇਵਾ, ਕਿਤੇ ਉਹੀ ਪੂਰਾ ਕਰ ਰਹੇ? ਦੇਖੋ ਜੀ, ਜਿਹੜਾ ਇਸ ਮੌਕੇ ਸਾਡਾ ਰਾਜ ਤਾਂ ਹੈ ਨਹੀਂ। ਜੇ ਰਾਜ ਭਾਗ ਹੁੰਦਾ, ਅਸੀਂ ਤਾਂ ਖਜ਼ਾਨੇ ਦਾ ਮੂੰਹ ਦੱਬ ਕੇ ਲੋਕਾਂ ਨੂੰ ਖੋਲ੍ਹ ਦੇਣਾ ਸੀ। ਅਸੀਂ ਸੇਵਾ ਜ਼ਰੂਰ ਕਰਨ ਜਾ ਰਹੇ ਹਾਂ, ਲੇਕਿਨ ਜਿਹੜੀ ਇਹ ਸੇਵਾ, ਇਹ ਤੁਸ਼ ਜੇ ਬਰਾਬਰ ਹੈ, ਇਹ ਬਹੁਤ ਥੋੜ੍ਹੀ ਸੇਵਾ ਹੈ। ਜਿੰਨੀ ਕੁ ਹਿੰਮਤ ਸੀ, ਉਹ ਹਿੰਮਤ ਦੇ ਮੁਤਾਬਕ ਜਾ ਰਹੇ ਹਾਂ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ, ਜਿੰਨੀ ਦੀ ਕਪੈਸਿਟੀ ਹੈ ਉਨੀ ਕੁ ਸੇਵਾ ਕਰਨ, ਇਹ ਭੁੱਖ ਦੇ ਵਿੱਚ ਲੋਕਾਂ ਦੀ ਦੱਬ ਕੇ ਮਦਦ ਕਰਨ। ਇੱਕ ਪੁਰਾਣੀ ਕਹਾਵਤ ਹੈ ਕਿ ਦੂਜੇ ਦੀਆਂ ਹੱਥਾਂ ਵਿੱਚ ਅਤੇ ਆਪਣੀਆਂ ਕੱਛਾਂ ਵਿੱਚ। ਸ਼ਾਇਦ ਇਹੀ ਹਾਲ ਹੈ ਅੱਜ ਦੀਆਂ ਸਿਆਸੀ ਪਾਰਟੀਆਂ ਦਾ। ਬਿਆਨ ਤਾਂ ਦੇ ਦਿੰਦੇ ਨੇ, ਪਰ ਆਪਣੀ ਵਾਰੀ ਆਉਣ 'ਤੇ ਉਹਨਾਂ ਨੂੰ ਉਹ ਸਭ ਕੁਝ ਸਭ ਤੋਂ ਉੱਤਮ ਲੱਗਣ ਲੱਗ ਜਾਂਦਾ ਹੈ। ਹੁਣ ਇਸ ਨੂੰ ਸਿਆਸਤ ਕਹਿ ਲਓ ਜਾਂ ਫਿਰ ਪਾਰਟੀ ਦਾ ਪ੍ਰਚਾਰ, ਫੋਟੋਆਂ ਲਾਉਣ ਦਾ ਮੌਕਾ ਤਾਂ ਕੋਈ ਵੀ ਨਹੀਂ ਛੱਡ ਰਿਹਾ। ਲੁਧਿਆਣਾ ਤੋਂ ਲਖਵਿੰਦਰ ਸਿੰਘ, ਪੰਜਾਬੀ ਲੋਕ ਚੈਨਲ।